ਸਰਦਾਰ ਹਰਬੀਰ ਸਿੰਘ ਕਾਲਕਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ ਚੜ੍ਹਦੀ ਕਲਾ ਚੋ। ਚੜ੍ਹਦੀ ਕਲਾ ਭਾਸ਼ਾ। ਇੱਕ ਮੈਂ ਜਾਣਕਾਰੀ ਲੈਣੀ ਚਾਹੁੰਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਹੋ ਤੇ ਪ੍ਰਧਾਨ ਹੋਣ ਦੇ ਨਾਤੇ ਅੱਜ ਮੈਂ ਮੀਡੀਆ ਦੇ ਵਿੱਚ ਤੁਹਾਡੀਆਂ ਕੁਝ ਸਨੈਪਸ ਦੇਖ ਰਿਹਾ ਸਾਂ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਾਂ ਦੇ ਨਾਲ ਤੁਹਾਡੀਆਂ ਪਿਕ ਸੀ, ਅੱਛੀ ਗੱਲ ਹੈ ਕਿ ਮੇਲ ਮਿਲਾਪ ਹੋਣਾ ਚਾਹੀਦਾ ਆ, ਪਰ ਕੁਝ ਐਸੇ ਸਵਾਲ ਨੇ ਜਿਹੜੇ ਅਸੀਂ ਆਪਣੀਆਂ ਧਾਰਮਿਕ ਜਥੇਬੰਦੀਆਂ ਨੂੰ ਹੀ ਕਹਿ ਸਕਦੇ ਹਾਂ ਵੀ ਸਾਡੀ ਆਵਾਜ਼ ਬਣੋ, ਖਾਸ ਕਰਕੇ ਤੁਸੀਂ ਦਿੱਲੀ ਵਿੱਚ ਬੈਠੇ ਹੋ, ਅੰਮ੍ਰਿਤਸਰ ਦਾ ਕੋਈ ਪੰਜਾਬ ਦਾ ਮਾਮਲਾ ਹੋਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਜਾਂਦਾ ਆ, ਹੈ ਨਾ। ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੋ ਅੱਜ ਏਡਾ ਵੱਡਾ ਧੱਕਾ ਤੇ ਵਿਤਕਰਾ ਹੋਇਆ, ਮੈਨੂੰ ਲੱਗਦਾ ਵੀ ਇਹ ਆਵਾਜ਼ ਵੀ ਤੁਹਾਨੂੰ ਉਠਾਉਣੀ ਚਾਹੀਦੀ ਸੀ, ਕਿਤੇ ਨਾ ਕਿਤੇ ਸਰਕਾਰ ਨਾਲ ਵੀ ਤੁਹਾਡੇ ਅੱਛੇ ਸੰਬੰਧ ਨੇ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਉਹਨਾਂ ਦੇ ਨਾਲ ਅਟੈਚ ਹੋ ਜਾਂ ਤੁਸੀਂ ਉਹਨਾਂ ਦੇ ਬੀਜੇਪੀ ਜੁਆਇਨ ਕਰ ਲਈ ਹੈ, ਪਰ ਅੱਛੇ ਸਾਝਦਾਰ ਸੰਬੰਧ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਵੀ ਸਾਨੂੰ ਕੰਮ ਕਰਵਾਉਣੇ ਆਉਂਦੇ ਨੇ। ਹੁਣ ਸਾਰੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਇਹ ਸਹੁੰਾਂ ਚੁੱਕਦੇ ਨੇ, ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ। ਔਰ ਗਜ਼ਬ ਦੀ ਗੱਲ ਕੀ ਹੈ ਕਿ ਇੱਕ ਯੂਪੀ ਦਾ ਐਮਪੀ, ਮੈਂਬਰ ਆਫ ਪਾਰਲੀਮੈਂਟ, ਜਦੋਂ ਕਸਮ ਚੁੱਕਦਾ ਆ, ਸਹੁੰ ਚੁੱਕਦਾ ਆ, ਤੇ ਉਹ ਨਾਲ ਹੀ ਇੱਕ ਸ਼ਬਦ ਵਰਤ ਦਿੰਦਾ ਆ, ਜੈ ਹਿੰਦੂ ਰਾਸ਼ਟਰਾ। ਔਰ ਗਜ਼ਬ ਦੀ ਗੱਲ ਹੈ, ਉਹ ਜੈ ਹਿੰਦੂ ਰਾਸ਼ਟਰਾ ਕਹਿ ਦੇਵੇ, ਜੈ ਹਿੰਦੂਤਵਾ ਕਹਿ ਦੇਵੇ, ਔਰ ਕਲੈਪਿੰਗ ਹੁੰਦੀ ਹੈ, ਕੋਈ ਉੱਥੇ ਓਬਜੈਕਸ਼ਨ ਨਹੀਂ ਹੁੰਦਾ ਬੀਜੇਪੀ ਵੱਲੋਂ। ਤੇ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੱਕਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਬਕਾਇਦਾ ਇੱਕ ਨੋਟਿਸ ਕੱਢਦੇ ਨੇ, ਨਿਯਮ ਕੱਢਦੇ ਨੇ, ਅਮੈਂਡਮੈਂਟ ਕੀਤੀ ਜਾਂਦੀ ਹੈ ਬਈ ਸਹੁੰ ਚੁੱਕਣ ਵਾਲਾ ਕੋਈ ਵੀ ਕਿਸੇ ਪ੍ਰਕਾਰ ਦਾ ਨਾਰਾ ਨਹੀਂ ਮਾਰੇਗਾ। ਤੁਹਾਨੂੰ ਲੱਗਦਾ ਨਹੀਂ ਕਿ ਇਹ ਸਿੱਖਾਂ ਦੇ ਨਾਲ, ਇਹ ਵੀ ਦਿੱਲੀ ਦੀ ਧਰਤੀ ਤੇ ਬੜਾ ਵੱਡਾ ਧੱਕਾ ਹੋਇਆ, ਤੇ ਤੁਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੋ, ਤੁਹਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਸਰਕਾਰ ਦੇ ਨਾਲ? ਦੇਖੋ ਮੁਖੂ ਸਾਹਿਬ, ਪਹਿਲੀ ਗੱਲ ਤੇ ਇਹ ਜਿਹੜਾ ਹੋਇਆ, ਖਾਲੀ ਆਪਾਂ ਇਸ ਤੇ ਕਿਉਂ ਲੈਂਦੇ ਹਾਂ ਕਿ ਸਿੱਖਾਂ ਨਾਲ ਵਿਤਕਰਾ ਹੋਇਆ, ਇਹਦੇ ਨਾਲ ਅੱਜ ਸਹੁੰ ਚੁੱਕਣ ਵਾਲੇ ਜੰਮੂ ਕਸ਼ਮੀਰ ਦੇ ਬੰਦੇ ਵੀ ਧਿਆਨ ਸੀ, ਤੇ ਇਹਦਾ ਮਤਲਬ ਇਹ ਕਿ ਜਿਹੜਾ ਸਪੀਕਰ ਹੈ ਪਾਰਲੀਮੈਂਟ ਦੇ ਵਿੱਚ, ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਜਿਹਨੇ ਕੀਤਾ ਹਿੰਦੂ ਰਾਸ਼ਟਰ ਵਾਲੀ ਗੱਲ, ਉਹ ਵੀ ਮਾੜੀ ਸੀ, ਪਰ ਜੇ ਮਾੜੀ ਨੂੰ ਅੱਗੇ ਕੰਟੀਨਿਊ ਕਰਦੇ ਰਹੀਏ, ਮੈਂ ਸਮਝਦਾ ਕਿ ਆਪਾਂ ਨਾ ਇੱਕ ਬਹੁਤ ਬਰੀਕ ਗੱਲਾਂ 'ਚ ਜਾ ਕੇ ਨਾ ਲਾਰਜਰ ਜਿਹੜਾ ਕਨਸੈਪਟ ਹੈ ਸਿੱਖਿਜ਼ਮ ਦਾ, ਲਾਰਜਰ ਜਿਹੜੀਆਂ ਸਾਡੀਆਂ ਡਿਮਾਂਡਾਂ ਨੇ, ਅਸੀਂ ਉਸ ਤੋਂ ਪਰੇ ਹਟ ਜਾਂਦੇ ਹਾਂ ਔਰ ਇਹ ਛੋਟੀ ਛੋਟੀਆਂ ਇਸ਼ੂਜ਼ ਦੇ ਉੱਤੇ ਆ ਕੇ ਬਹਿ ਜਾਂਦੇ ਹਾਂ। ਮੈਂ ਕਹਿ ਰਿਹਾ ਜੀ, ਅਗਰ ਕਰਤਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਉੱਥੇ ਸਹੁੰ ਹੀ ਚੁੱਕਣੀ ਸੀ, ਉਹਦੇ ਇਲਾਵਾ ਤੇ ਕੋਈ ਗੱਲ ਨੀ ਕਰਨੀ ਸੀ, ਉੱਥੇ 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 ਕੋਈ ਖਾਲਿਸਤਾਨ ਦੇ ਨਾਰੇ ਤੇ ਲਾਣੇ ਨਹੀਂ ਸੀ, ਨਾ ਉਹ ਵੱਖਵਾਦੀ ਜਾਂ ਅਲਗਵਾਦੀ ਆਪਣੇ ਆਪ ਨੂੰ ਤੇ ਉਹਨੇ ਡਿਕਲੇਅਰ ਨਹੀਂ ਕਰਨਾ ਸੀ, ਜੇ ਨਹੀਂ ਸੀ ਕਰਨਾ ਫਿਰ ਏਡਾ ਵੱਡਾ ਖਤਰਾ ਕਾਹਦਾ ਸੀ? ਜੇ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਜੀ ਇਕੱਲਿਆਂ ਨੂੰ ਲੈ ਕੇ ਆਏ ਨੇ ਉੱਥੋਂ ਡਿਬਰੂਗੜ੍ਹ ਜੇਲ੍ਹ ਤੋਂ ਇਕੱਲੇ ਆਏ ਨਾ ਭਾਈ ਅੰਮ੍ਰਿਤਪਾਲ ਸਿੰਘ ਜੀ? ਪਹਿਲੇ ਮੇਰੀ ਬੇਨਤੀ, ਫਿਰ ਏਡਾ ਵੱਡਾ ਲਾਓ ਲਸ਼ਕਰ ਇੱਥੇ ਕਿਉਂ ਲਾਇਆ ਗਿਆ? ਨਹੀਂ, ਪਹਿਲੇ ਮੇਰੀ ਬੇਨਤੀ ਸੁਣੋ, ਨਹੀਂ ਉਹ ਤੇ ਦੇਖੋ ਇਹ ਸਰਕਾਰ ਨੇ ਆਪਣੇ ਹਿਸਾਬ ਨਾਲ ਚਲਾਉਣਾ ਹੁੰਦਾ, ਸਰਕਾਰਾਂ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਦੇਖਣੀ, ਉਹਦੇ ਬਾਰੇ ਤੁਸੀਂ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ, ਪਰ ਜਿਹੜੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਜੇ ਅਗਰ ਉਹਨਾਂ ਨੇ ਇਹਦੇ ਇਲਾਵਾ ਤੋਂ ਕੋਈ ਗੱਲ ਅਗਰ ਕਰਨੀ ਹੈ, ਤੇ ਆਪਾਂ ਉਸੀ ਹਿੰਦੁਸਤਾਨ ਦੀ ਸੰਵਿਧਾਨ ਦੀ ਸਹੁੰ ਚੁੱਕਣ ਆਇਆ, ਦੂਜੀ ਗੱਲ ਤੇ ਕੋਈ ਕਰਨੀ ਨਹੀਂ ਸੀ, ਅਸੀਂ ਇਸ ਪਾਸੇ ਵੱਲ ਤੋਰ ਕੇ ਕਿਹੜੇ ਪਾਸੇ ਚਲੇ ਗਏ? ਚਲੋ ਮੈਂ ਤੁਹਾਡੀ ਗੱਲ ਨਾਲ ਐਗਰੀ ਕਰ ਗਿਆ ਪ੍ਰਧਾਨ ਜੀ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰ ਗਿਆ ਸੀ। ਇੱਕ ਮੈਂ ਇੱਕ ਵੀਡੀਓ ਸਿੰਘ ਦੀ ਦੇਖ ਰਿਹਾ ਸੀ, ਗੰਗਾਨਗਰ ਤੋਂ ਸੀ, ਬਹੁਤ ਜ਼ੋਰ ਜ਼ੋਰ ਦੀ ਕਹਿ ਰਹੇ ਸੀ ਜੀ ਅਸੀਂ ਸਰਕਾਰ ਦੀਆਂ ਚੀਕਾਂ ਕਢਾਤੀਆਂ, ਕੀ ਫਰਕ ਪਿਆ ਇਹ ਗੱਲਾਂ ਕਰਨ ਨਾਲ ਕਿ ਚੀਕਾਂ ਕਢਾਤੀਆਂ? ਭਾਈ ਚੀਕਾਂ ਤੇ ਆਪਣੀਆਂ ਨਿਕਲੀਆਂ ਪਈਆਂ ਕਿ ਸਾਡਾ ਭਰਾ ਜੇਲ੍ਹਾਂ 'ਚ, ਸਾਡੇ ਬੰਦੇ ਜੇਲ੍ਹਾਂ 'ਚ ਬੈਠੇ ਆ, ਅਸੀਂ ਉੱਥੇ NSA ਹਟਾਉਣ ਦੀ ਗੱਲ ਕਰੀਏ, ਅਸੀਂ ਲਾਰਜਰ ਇੰਟਰਸਟ ਆਫ ਦੀ ਕਮਿਊਨਿਟੀ ਗੱਲ ਕਰੀਏ, ਇਹ ਛੋਟੀ ਛੋਟੀ ਗੱਲਾਂ 'ਚ ਪੈ ਕੇ ਅਸੀਂ ਕੌਮ ਨੂੰ ਰੋਕ ਲਿਆ। ਸਾਹਿਬ ਮੈਂ ਤੁਹਾਡੀ ਗੱਲ ਨੂੰ ਵੱਡੀਆਂ ਕਰ ਦਿੰਦਾ ਵਾਂ, ਇਹ ਛੋਟੀ ਜੀ ਗੱਲ ਸੀ, ਆਪਾਂ ਇਸ ਗੱਲ ਨੂੰ ਛੱਡ ਦਿੰਦੇ ਆ, ਹਨਾ। ਹਾਂਜੀ, ਪਰ ਸਵਾਲ ਪੈਦਾ ਹੋ ਜਾਂਦਾ ਵੀ ਜੇ ਅੰਮ੍ਰਿਤਪਾਲ ਸਿੰਘ ਨੇ ਤੇ ਅਜੇ ਨਾਰਾ ਵੀ ਨਹੀਂ ਸੀ ਮਾਰਿਆ, ਨੋਟਿਸ ਪਹਿਲਾਂ ਕੱਢ ਦਿੱਤਾ ਗਿਆ, ਅਜੇ ਨਾ ਤੇ ਉਹਨੇ ਐਲਾਨ ਕੀਤਾ ਸੀ, ਨੋਟਿਸ ਪਹਿਲਾਂ ਕੱਢ ਦਿੱਤਾ ਗਿਆ, ਪਰ ਜਿਹੜੇ ਲੋਕਾਂ ਨੇ ਬਕਾਇਦਾ ਜੈ
ਹਿੰਦੂ ਰਾਸ਼ਟਰ ਕਿਹਾ ਸੀ ਉਹਨਾਂ ਤੇ ਅਜੇ ਤੱਕ ਕੋਈ ਸਰਕਾਰ ਨੇ ਕਾਰਵਾਈ ਕੀਤੀ ਨਹੀਂ ਕੀਤੀ ਕਿਸੇ ਪ੍ਰਕਾਰ ਦੀ ਹਨਾ। ਮੈਂ ਸਮਝਦਾ ਇਹ ਜਿਹੜੀ ਤੁਹਾਡੀ ਗੱਲ ਹੈ ਨਾ ਇਹ ਕਰਨੀ ਚਾਹੀਦੀ ਔਰ ਇਹ ਕਰਨ ਵਾਸਤੇ ਸਾਨੂੰ ਤਰੀਕੇ ਅਪਣਾਉਣੇ ਚਾਹੀਦੇ ਨੇ ਸਾਡੇ ਪਾਰਲੀਮੈਂਟ ਤੇ। ਮੇਰਾ ਮੰਨਣਾ ਇਹ ਹੈ ਵੀ ਚੁਣੇ ਹੋਏ ਬੰਦੇ ਇੱਕ ਬੰਦਾ ਗੱਲ ਕਰ ਸਕਦਾ ਦੂਜਾ ਕਿਉਂ ਨਹੀਂ ਕਰ ਸਕਦਾ, ਔਰ ਤੁਸੀਂ ਕਹਿੰਦੇ ਬਹੁਤ ਛੋਟੀ ਜੀ ਗੱਲ ਹੈ। ਬਾਪੂ ਸਾਹਿਬ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਿਹਾ, ਇਹਦੇ ਵਿੱਚ ਕੋਈ ਗਲਤ ਕੰਮ ਹੁੰਦੀ ਹੈ ਤੇ ਇਹਦੀ ਜ਼ਿੰਮੇਵਾਰੀ ਮੈਂ ਲੈਂਦਾ ਵਾਂ, ਮੈਂ ਉਹਦੀ ਆਵਾਜ਼ ਚੁੱਕਦਾ ਵਾਂ। ਜੇ ਪਾਰਲੀਮੈਂਟ ਦੇ ਵਿੱਚ ਅਗਰ ਹਿੰਦੂ ਰਾਸ਼ਟਰ ਦੀ ਗੱਲ ਹੋਈ ਸੀ ਤੇ 13 MP ਜਿੱਤ ਕੇ ਗਏ ਪੰਜਾਬ ਤੋਂ, ਇੱਥੇ ਇੱਥੇ ਕੱਲ ਆਪਾਂ ਇਹ ਨਹੀਂ ਕਰ ਸਕਦੇ ਵੀ ਸੇਵਾਦਾਰਾਂ ਦਾ ਮੁੱਦਾ ਚੱਕਾਂਗੇ ਮੁਲਾਜ਼ਮਾਂ ਦਾ ਮੁੱਦਾ ਚੱਕਾਂਗੇ। ਕਾਲਕਾ ਜੀ ਤੁਸੀਂ ਸਿੱਖਾਂ ਦੀ ਐਡੀ ਵੱਡੀ ਸੰਸਥਾ ਦੀ ਨੁਮਾਇੰਦਗੀ ਕਰਦੇ, ਤੁਸੀਂ ਛੋਟਾ ਬਿਆਨ ਨਾ ਦਿਓ, ਤੁਸੀਂ ਸਿੱਖਾਂ ਦੀ ਆਵਾਜ਼ ਵੀ ਚੱਕੋਗੇ, ਨਹੀਂ ਨਹੀਂ ਕੱਲੇ ਮੁਲਾਜ਼ਮਾਂ ਦੀ ਆਵਾਜ਼ ਨਹੀਂ ਚੱਕੋਗੇ, ਬਿਲਕੁਲ ਚੁੱਕਾਂਗੇ। ਮਗਰ ਇਹ ਗੱਲ ਦੱਸੋ ਕਿ 13 MP ਜਿੱਤ ਕੇ ਆਏ ਨੇ, ਇਹਨੇ ਚੋਂ ਇੱਕ ਨੇ ਵੀ ਆਵਾਜ਼ ਨਹੀਂ ਚੁੱਕੀ ਆਏ ਪੰਜਾਬ ਤੋਂ ਸੀ, ਇਹਨਾਂ ਨੇ ਕਿਹਾ ਨੀ ਕਿ ਹਿੰਦੂ ਰਾਸ਼ਟਰ ਦੀ ਗੱਲ ਕਿਉਂ ਨਹੀਂ ਹੋ ਰਹੀ। ਵੀਰ ਜੀ ਮੈਂ ਉਹੀ ਗੱਲ ਕਹਿ ਰਿਹਾ, ਆਪਾਂ ਆਪਾਂ ਇੱਕ ਆਪਾਂ ਆਪਣੀਆਂ ਨੂੰ ਕਹਿੰਦੇ ਹੁੰਦੇ ਆ ਕਿ ਕਿਸੇ ਬਗਾਨੀਆਂ ਨੂੰ ਕਹਿੰਦੇ ਆ। ਮਕਬੂਜ਼ਾ ਮੇਰੀ ਗੱਲ ਤੋਂ ਸੁਣੋ, ਰਾਜਾ ਬੜਿੰਗ ਨੇ ਇੰਨੀ ਵੱਡੀਆਂ ਸਪੀਚਾਂ ਦਿੱਤੀਆਂ ਉਹਨੇ ਇਸ਼ੂ ਨਹੀਂ ਚੁੱਕਿਆ, ਬੀਬਾ ਹਰਸਿਮਰਤ ਕੌਰ ਨੇ ਇੰਨੀਆਂ ਵੱਡੀਆਂ ਗੱਲਾਂ ਕੀਤੀਆਂ ਉਹਨੇ ਇਸ਼ੂ ਨਹੀਂ ਚੁੱਕਿਆ, ਤੁਹਾਡਾ ਜਿਹੜਾ ਇਹ ਸੰਗਰੂਰ ਵਾਲਾ ਕੀ ਨਾਮ ਹੈ ਇਹਦਾ ਹਿੰਦੂ ਰਾਸ਼ਟਰ ਵਾਲੀ ਗੱਲ ਦੇ ਉੱਤੇ ਓਬਜੈਕਸ਼ਨ ਕਿਉਂ ਨੀ ਚੁੱਕੀ। ਹਾਂ ਇਹ ਗੱਲ ਤੁਸੀਂ ਸਾਡੇ ਸੰਗਿਆਨ ਚ ਲਿਆਈਏ, ਅਸੀਂ ਜਰੂਰ ਇਹਦੇ ਉੱਤੇ ਸਪੀਕਰ ਸਾਹਿਬ ਨੂੰ ਵੀ ਲਿਖਾਂਗੇ। ਚਲੋ ਮੈਂ ਤੁਹਾਡੀ ਗੱਲ ਬਹੁਤ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਜੀ, ਬਹੁਤ ਸੋਹਣੀ ਗੱਲ ਹੈ ਕਿਉਂਕਿ ਦੇਖੋ ਜਿਹੜੇ ਪ੍ਰਧਾਨ ਜੀ ਗੁੱਸੇ ਚ ਨਹੀਂ ਲੈਣਾ, ਅਸਲ ਵਿੱਚ ਸਾਨੂੰ ਨਾ ਤੁਹਾਡੇ ਤੋਂ ਆਸਾਂ ਬਹੁਤ ਨੇ, ਸਾਨੂੰ ਇੰਝ ਲੱਗਦਾ ਵੀ ਸਾਡੀ ਬੜੀ ਵੱਡੀ ਧਾਰਮਿਕ ਸੰਸਥਾ ਦੇ ਮੁਖੀ ਨੇ, ਅਸੀਂ ਆਪਣਾ ਦਰਦ ਇਹਨਾਂ ਦੇ ਨਾਲ ਸਾਂਝਾ ਕਰਨਾ ਹੈ। ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਮਗਰ ਜਿੱਥੇ ਮੇਰੇ ਧਰਮ ਦੇ ਉੱਤੇ ਕੋਈ ਗੱਲ ਆ ਰਹੀ ਹੈ, ਜਿੱਥੇ ਦੇਖੋ ਹੁਣ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀ ਗੱਲ ਹੋਈ, ਸਭ ਤੋਂ ਪਹਿਲਾਂ ਇਸ਼ੂ ਕਿੰਨੇ ਚੁੱਕਿਆ, ਅਸੀਂ ਚੁੱਕਿਆ ਦਿੱਲੀ ਚ ਬੈਠ ਕੇ, ਕੱਲ ਉਹਨਾਂ ਦੇ ਪਿਤਾ ਜੀ ਨੂੰ ਜਿਹੜਾ ਸਨਮਾਨਿਤ ਕੀਤਾ ਦਿੱਲੀ ਕਮੇਟੀ ਨੇ ਕੀਤਾ, ਅੱਜ ਤੱਕ ਕਿਸੇ ਹੋਰ ਵੱਡੀ ਸੰਸਥਾ ਨੇ ਨਹੀਂ ਕੀਤਾ। ਅਸੀਂ ਆਪਣੇ ਕਿਉਂਕਿ ਕਿਸ ਲਈ ਕੀਤਾ ਕਿ ਖਡੂਰ ਸਾਹਿਬ ਦੀ ਧਰਤੀ ਤੋਂ ਔਰ ਫਰੀਦਕੋਟ ਦੀ ਧਰਤੀ ਦੇ ਲੋਕਾਂ ਨੇ ਜੋ ਵਿਸ਼ਵਾਸ ਪੰਥਕ ਸ਼ਖਸੀਅਤਾਂ ਦੇ ਉੱਤੇ ਦਿਖਾਇਆ, ਉਸ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹੋਏ ਸਾਰਿਆਂ ਦਾ ਸਤਿਕਾਰ ਕੀਤਾ, ਔਰ ਇੰਨੀ ਵੱਡੀ ਜਿੱਤ ਜਿਹੜੀ ਅਗਰ ਅੱਜ ਮਿਲੀ ਹੈ ਇਹ ਪੰਥ ਦੇ ਨੁਮਾਇੰਦਿਆਂ ਨੂੰ ਮਿਲੀ ਹੈ, ਨਾ ਕਿ ਇੰਡੀਵਿਜੁਅਲ ਕਿਸੇ ਅੰਮ੍ਰਿਤਪਾਲ ਨੂੰ ਜਾਂ ਕਿਸੇ। ਦੂਜੀ ਗੱਲ ਤੁਸੀਂ ਜਿਹੜੀ ਪੈਰੋਲ ਦੀ ਕੀਤੀ ਹੈ, ਮੈਂ ਤੁਹਾਡੀ ਗੱਲ ਵੱਡਿਆ ਕਰਦਾ ਵਾਂ, ਇਹ ਕੈਸੀ ਪੈਰੋਲ ਹੁੰਦੀ ਹੈ ਜਿਹੜੀ, ਇਹ ਤਾਂ ਕਸਟਡੀ, ਇਹਨੂੰ ਪੈਰੋਲ ਥੋੜਾ ਕਿਹਾ ਜਾਏਗਾ। ਪੈਰੋਲ ਤੇ ਉਹ ਹੁੰਦੀ ਹੈ ਜਿਹੜੀ ਸੌਦਾ ਸਾਧ ਨੂੰ ਮਿਲਦੀ ਹੈ, ਰਾਮ ਰਹੀਮ ਨੂੰ ਮਿਲਦੀ ਹੈ, ਉਹ ਪੈਰੋਲ ਹੈ ਜਿਹੜਾ ਆਪਣੇ ਡੇਰੇ ਚ ਆ ਸਕਦਾ, ਪ੍ਰਵਚਨ ਕਰ ਸਕਦਾ, ਆਪਣੇ ਸੰਗੀਆਂ ਸਾਥੀਆਂ ਨੂੰ ਮਿਲ ਸਕਦਾ, ਜਿਹੜਾ ਆਪਣੇ ਸਮਰਥਕਾਂ ਨੂੰ ਨਹੀਂ ਮਿਲ ਸਕਦਾ, ਉਹ ਪੈਰੋਲ ਕੈਸੀ ਹੋਈ। ਮੈਂ ਇੱਥੇ ਗੱਲ ਕਰ ਰਿਹਾ ਕਿ ਜਿਸ ਦਿਨ ਇਹ ਅਨਾਉਂਸ ਹੋਈ ਸੀ ਪਰਸੋਂ ਕਿ ਬਈ ਇਹ 4 ਦਿਨ ਦੀ ਦਿੱਤੀ ਹੈ, ਅਸੀਂ ਉਹਦੀ ਲੰਬੀ ਪੈਰੋਲ ਦੀ ਗੱਲ ਕੀਤੀ ਸੀ, ਬਲਕਿ ਇਹ ਤੇ ਇਹ ਵਾਲੀ ਗੱਲ ਤੇ ਸਾਨੂੰ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਕਿ ਇਸ ਤਰ੍ਹਾਂ ਦੀ ਹੋਏਗੀ, ਔਰ ਸੌ ਚੁੱਕਣ ਤੱਕ ਦੀ ਹੋਏਗੀ, ਪਰਿਵਾਰ ਦੇ ਇਲਾਵਾ ਕਿਸੇ ਨੂੰ ਨਹੀਂ ਪਤਾ ਸੀ। ਹਾਂ ਪਰਿਵਾਰ ਨੂੰ ਜ਼ਰੂਰ ਇਹ ਪਤਾ ਸੀ ਕਿ ਸਿਰਫ ਉੱਥੇ ਲਿਆਇਆ ਜਾਏਗਾ ਔਰ ਜਿਹੜਾ ਆਪਣਾ ਓਥ ਲੈਣ ਤੋਂ ਬਾਅਦ ਵਾਪਿਸ ਲੈ ਜਾਇਆ ਜਾਏਗਾ, ਔਰ ਮੁਲਾਕਾਤ ਵੀ ਉਹਨਾਂ ਨਾਲ ਹੀ ਹੋਈ ਹੈ, ਸਾਡੇ ਨਾਲ ਹੋਈ ਹੁੰਦੀ, ਅਸੀਂ ਬਹਿ ਕੇ ਗੱਲ ਕਰਦੇ, ਕੋਈ ਉਹਨਾਂ ਦੇ ਬਾਰੇ ਪਤਾ ਕਰਦੇ ਵੀ ਉਹ ਕੀ ਚਾਹੁੰਦੇ ਨੇ, ਅਗਲਾ ਰੂਪਰੇਖਾ ਕੀ ਬਣਾਉਣੀ ਹੈ, ਫਿਰ ਤੇ ਮੈਂ ਅੱਗੇ ਕੌਮ ਨੂੰ ਕੋਈ ਗੱਲ ਕਰ ਸਕਦਾ ਸੀ। ਅੱਜ ਤੇ ਹੁਣ ਜਿਹੜੀ ਗੱਲ ਹੋਏਗੀ ਵਾਇਆ ਉਹਨਾਂ ਦੇ ਫਾਦਰ ਸਾਹਿਬ ਦੀ ਹੋ ਸਕਦੀ ਹੈ, ਤੇ ਆਪਾਂ ਫਾਦਰ ਸਾਹਿਬ ਨਾਲ ਵੀ ਬੈਠ ਕੇ ਅੱਗੇ ਜੋ ਬੈਸਟ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਵਾਰ ਲਿਆਉਣ ਦੀ ਗੱਲ ਕਰੀਏ, ਉਹਨਾਂ ਤੇ NSA ਹਟਾਉਣ ਦੀ ਗੱਲ ਕਰੀਏ, ਉਹਨਾਂ ਦੀ ਪੈਰੋਲ ਨੂੰ ਵੱਡੀ ਬਣਾਉਣ ਦੀ ਗੱਲ ਕਰੀਏ, ਇਹ ਗੱਲਾਂ ਤੇ ਹੁਣ ਬੈਠ ਕੇ ਵਿਚਾਰਨ ਵਾਲੀਆਂ ਨੇ, ਔਰ ਇਹਦੇ ਲਈ ਅਸੀਂ ਉਹਨਾਂ ਨੂੰ ਬਿਲਕੁਲ ਆਸ਼ਵਾਸਨ ਦਿੱਤਾ ਅਸੀਂ ਹਮੇਸ਼ਾ ਨਾਲ ਹਾਂ। ਜਦ ਤੱਕ ਇੱਕੋ ਸਾਡਾ ਏਜੰਡਾ ਜਿਹੜਾ ਕਲੈਸ਼ ਕਰੇਗਾ, ਜੇ ਤੁਸੀਂ ਵੱਖਵਾਦ ਔਰ ਅਲੱਗਵਾਦ ਦੀ ਗੱਲ ਕਰੋਗੇ ਤੇ ਅਸੀਂ ਤੁਹਾਡੇ ਇਸ ਏਜੰਡੇ ਦੇ ਨਾਲ ਨਹੀਂ ਆ। ਬਾਕੀ ਅੰਮ੍ਰਿਤ ਸੰਚਾਰ ਦੀ ਗੱਲ ਕਰਨੀ ਆ, ਚਲੋ ਤੁਸੀਂ ਮੈਂ ਤੁਹਾਡੀ ਗੱਲ ਵੱਡਿਆ ਕਰਨਾ ਪ੍ਰਧਾਨ ਜੀ, ਤੁਸੀਂ ਕਿਹਾ ਵੀ ਵੱਖਵਾਦ ਦੇ ਇਸ ਕਿਸਮ ਦੇ ਏਜੰਡੇ ਦੇ ਅਸੀਂ ਨਾਲ ਦੀ ਹੋਵਾਂਗੇ, ਹੈ ਨਾ, ਆਈ ਐਗਰੀ, ਮੈਂ ਤੁਹਾਡੀ ਗੱਲ ਦਾ ਚਲੋ ਸਹਿਮਤ ਹੋ ਜਾਂਦਾ ਵਾਂ, ਪਰ
ਕੀ ਇੱਕ ਕੈਦੀ ਦੇ ਆਪਣੇ ਰਾਈਟ ਨਹੀਂ ਹੁੰਦੇ? ਮੁਜਰਮ ਦੇ ਵੀ ਤਾਂ ਆਪਣੇ ਰਾਈਟ ਹੁੰਦੇ ਨੇ, ਵੈਸੇ ਤਾਂ ਮੁਜਰਮ ਹੈ ਨਹੀਂ। ਐਨਐਸਏ ਕੀ ਹੈ? ਨੈਸ਼ਨਲ ਸਿਕਿਉਰਿਟੀ ਐਕਟ ਉੱਤੇ ਕੋਈ ਬਰਾਮਦਗੀ ਹੋਈ ਨਹੀਂ, ਕੋਈ ਕਿਸੇ ਪ੍ਰਕਾਰ ਦੇ ਕੇਸ ਦਰਜ ਹੋਇਆ ਨਹੀਂ। ਨਹੀਂ ਮੈਂ ਤੁਹਾਡੀ ਗੱਲ, ਪਰ ਉਸ ਸ਼ਖਸ ਨੂੰ, ਉਸ ਸ਼ਖਸ ਨੂੰ ਆਪਣੇ ਸਮਰਥਕਾਂ ਨੂੰ ਮਿਲਣ ਨਾ ਦੇਣਾ, ਜਿਨ੍ਹਾਂ ਲੋਕਾਂ ਨੇ ਜਿੱਤ ਦੀ ਮੋਹਰ ਲਾਈ ਹੈ ਲੋਕਤੰਤਰ ਦੇ ਵਿੱਚ, ਲੋਕਤੰਤਰ ਦੇ ਵਿੱਚ ਵੋਟਾਂ ਦੇ ਨਾਲ ਕਿਸੇ ਨੂੰ ਚੁਣਿਆ ਜਾਂਦਾ ਆ, ਉਹ ਦਾਵਾ ਕਰਦਾ ਵੀ ਮੈਂ ਲੋਕਾਂ ਦੇ ਚੁਣਿਆ ਹੋਇਆ ਵਾਂ। ਇਹਦੀ ਆਵਾਜ਼ ਤੇ ਅਸੀਂ ਪਰਸੋਂ ਤੋਂ ਚੁੱਕ ਰਹੇ ਹਾਂ। ਅਸੀਂ ਤੇ ਪਹਿਲੇ ਦਿਨ ਕਹਿਤਾ ਕਿ ਲੋਕਾਂ ਨੂੰ ਮਿਲਣਾ ਚਾਹੀਦਾ, ਲੋਕਾਂ ਦੀ ਤਕਲੀਫਾਂ ਸੁਣ ਕੇ ਜਾ ਕੇ ਜਿਸ ਦਿਨ ਆਪਣੀ ਕੁਐਸਚਨ ਦੀ ਤਿਆਰ ਕਰਨ, ਆਪਣੇ ਰਿਟਰਨ ਭੇਜਣ ਸਬਮਿਸ਼ਨ, ਜਾਂ ਅਗਲੀ ਜਿਸ ਦਿਨ ਸੈਸ਼ਨ ਸ਼ੁਰੂ ਹੋਏਗਾ ਉੱਥੇ ਗੱਲ ਕਰਨ, ਇਹਦਾ ਅਖਤਿਆਰ ਮਿਲਣਾ ਚਾਹੀਦਾ। ਇਹ ਗੱਲ ਤੇ ਅਸੀਂ ਕਰ ਚੁੱਕੇ ਹਾਂ। ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ, ਮੈਂ ਤੁਹਾਨੂੰ ਪਹਿਲੇ ਗੱਲ ਇਹ ਕੀਤੀ ਹੈ ਕਿ ਅਸੀਂ ਉਹਨਾਂ ਦੇ ਫਾਦਰ ਸਾਹਿਬ ਨਾਲ ਅੱਜ ਸਾਡੀ ਮੁਲਾਕਾਤ ਵੀ ਹੋਈ ਹੈ, ਉਸ ਤੋਂ ਬਾਅਦ ਵੀ ਹੋਈ ਹੈ, ਉਹਨਾਂ ਦੀ ਮੁਲਾਕਾਤ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਵੀ ਮਿਲੇ ਨੇ, ਸਾਡਾ ਮੀਤ ਪ੍ਰਧਾਨ ਵੀ ਮਿਲੇ, ਔਰ ਉਹਨਾਂ ਨੇ ਗੱਲ ਕੀਤੀ ਹੈ ਕਿ ਜੋ ਜੋ ਤੁਹਾਨੂੰ ਤਕਲੀਫਾਂ ਜਿੱਥੇ ਆ ਰਹੀਆਂ ਨੇ, ਪ੍ਰੋਬਲਮ ਆ ਰਹੀਆਂ ਨੇ, ਸਾਡੇ ਨਾਲ ਸਾਨੂੰ ਦੱਸੋ। ਅੱਜ ਤੋਂ ਪਹਿਲੇ ਤੇ ਸਾਡੇ ਨਾਲ ਕਿਸੇ ਨੇ ਡਿਸਕਸ ਕੀਤੀਆਂ ਨਹੀਂ ਸੀ, ਅਸੀਂ ਅੱਜ ਹੱਥ ਅੱਗੇ ਪਹਿਲਕਦਮੀ ਕੀਤੀ ਹੈ ਤੇ ਬਿਲਕੁਲ ਅਸੀਂ ਇਹਦੇ ਉੱਤੇ ਖੜੇ ਹੋਵਾਂਗੇ ਕਿ ਇਹਨਾਂ ਇਹਨਾਂ ਲੋਕਾਂ ਦੀ ਪੈਰਵੀ ਕਰ ਸਕੀਏ। ਅਸੀਂ ਕੋਈ ਦਿਖਾਵਾ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਵਰਗਾ ਨਹੀਂ ਕਰਾਂਗੇ ਕਿ ਬਈ ਅਸੀਂ ਬਾਹਰ ਆ ਕੇ ਕੁਛ ਗੱਲ ਕਰੀਏ ਔਰ ਅੰਦਰ ਚਿੱਠੀਆਂ ਲਿਖ ਕੇ ਕਹਿ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ ਜਾਏ। ਇਹੋ ਜਿਹੀ ਗੱਲ ਬਿਲਕੁਲ ਨਹੀਂ ਹੋਏਗੀ, ਜੋ ਗੱਲ ਹੋਏਗੀ ਸੰਗਤ ਦੀ ਹੋਏਗੀ, ਪੰਥ ਦੀ ਹੋਏਗੀ। ਮੇਰੇ ਖਿਆਲ ਤੁਸੀਂ ਕੋਈ ਇਸ਼ਾਰਾ ਦੇ ਗਏ ਹੋ ਵੀ ਅਸੀਂ ਬਾਹਰੋਂ ਲੋਕਾਂ ਕੋਲ ਪਖੰਡ ਨਹੀਂ ਕਰਾਂਗੇ, ਵੀ ਅੰਦਰ ਜਾ ਕੇ ਚਿੱਠੀਆਂ ਦੇ ਦਿਆਂਗੇ ਵੀ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਵੇ। ਮੈਂ ਚਾਹਾਂਗਾ ਜਾਂਦੇ ਜਾਂਦੇ ਦੱਸ ਦਿਓ ਇਸ਼ਾਰਾ ਕਿੱਧਰ ਹੈ। ਦੇਖੋ ਮੱਕੂ ਸਾਹਿਬ, ਜਿੰਨੇ ਕ ਮੈਂ ਪੜ੍ਹਿਆ ਲਿਖਿਆ, ਜਿੰਨੇ ਤੁਸੀਂ ਪੜ੍ਹੇ ਲਿਖੇ, ਉਸ ਤੋਂ ਜ਼ਿਆਦਾ ਸਿਆਣਾ ਤੁਹਾਡੇ ਸਰੋਤੇ ਨੇ ਜਿਹੜੇ ਦੇਖ ਰਹੇ ਨੇ, ਉਹ ਸਾਰਾ ਇਸ਼ਾਰੇ ਸਮਝ ਗਏ। ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਕਿਉਂਕਿ ਤੁਹਾਡੇ ਲੌਜਿਕ ਬੜੇ ਕਮਾਲ ਹੁੰਦੇ ਆ, ਇਸ ਕਰਕੇ ਤੁਹਾਡੇ ਨਾਲ ਗੱਲ ਕਰਨ ਨੂੰ ਜੀ ਵੀ ਸਾਡਾ ਕਰਦਾ ਆ। ਮੈਂ ਚਾਹਾਂਗਾ ਵੀ ਅੱਜ ਕਿਤੇ ਨਾ ਕਿਤੇ ਨਾ ਦੇਖੋ ਸਹੁੰ ਚੁਕਾਈ ਗਈ, ਇੱਥੇ ਅਸੀਂ ਲੋਕਤੰਤਰ ਦੇ ਪਹਿਲੇ ਪਾਠ ਦਾ ਸਤਿਕਾਰ ਕਰਦੇ ਹਾਂ, ਪਰ ਜਿਸ ਤਰੀਕੇ ਨਾਲ ਚੁਕਾਈ ਗਈ, ਆਪਣੇ ਸਮਰਥਕਾਂ ਨੂੰ ਨਾ ਮਿਲਣ ਦੇਣਾ, ਸਹੁੰ ਚੁੱਕਣ ਵੇਲੇ ਜੇ ਰਾਸ਼ਿਦ ਜੀ ਦੀ ਸਹੁੰ ਵੇਲੇ ਉਹਦਾ ਪਰਿਵਾਰ ਹਾਜ਼ਰ ਹੈ, ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਨੂੰ ਉਸ ਜਗ੍ਹਾ ਦੇ ਉੱਪਰ ਹਾਜ਼ਰ ਨਾ ਹੋਣ ਦੇਣਾ, ਵੀ ਕਾਫੀ ਐਸੀਆਂ ਗੱਲਾਂ ਜਿੱਥੇ ਮੈਨੂੰ ਲੱਗਿਆ ਵੀ ਲੋਕਤੰਤਰ ਦਾ ਕਿਤੇ ਨਾ ਕਿਤੇ ਕਤਲ ਹੋਇਆ। ਮੈਂ ਸਮਝਦਾ ਕਿ ਜਿਹੜਾ ਪਹਿਲਕਦਮੀ ਅੱਜ ਪਹਿਲੀ ਹੋਈ ਹੈ ਨਾ, ਆਪਾਂ ਅੱਜ ਪਹਿਲੀ ਤੇ ਉਸ ਨੂੰ ਗ੍ਰੇਸਫੁਲੀ ਇੰਜੋਏ ਕਰਨਾ ਚਾਹੀਦਾ। ਅੱਜ ਸੰਗਤ ਦਾ ਜਿਹਨੂੰ 4 ਲੱਖ ਬੰਦਿਆਂ ਨੇ ਵੋਟ ਪਾਈ ਹੈ, ਅੱਜ ਉਹਦੇ ਉੱਤੇ ਮੋਹਰ ਲੱਗੀ ਹੈ ਕਿ ਅੱਜ ਉਹ ਮੈਂਬਰ ਪਾਰਲੀਮੈਂਟ ਅੱਜ ਸੰਵਿਧਾਨਿਕ ਤੌਰ ਦੇ ਉੱਤੇ ਅੱਜ ਬਣੇ ਹੈ। ਅੱਜ ਪਹਿਲੇ ਆਪਾਂ ਉਹਨੂੰ ਕਰੀਏ, ਹੁਣ ਉਹਨਾਂ ਦਾ ਤਰੀਕਾ ਕੀ ਸੀ ਨਹੀਂ ਸੀ, ਇਹਦੇ ਉੱਤੇ ਵੀ ਸਰਕਾਰ ਨਾਲ ਗੱਲ ਕੀਤੀ ਜਾ ਸਕਦੀ ਹੈ ਕਿ ਐਸਾ ਕਿਹੜਾ ਮਤਲਬ ਡਰ ਜਾਂ ਖੌਫ ਹੈਗਾ ਸੀ ਕਿ ਇਹੋ ਜਿਹਾ ਕੰਮ ਹੋਇਆ। ਤੇ ਇਹ ਗੱਲਾਂ ਅੱਗੇ ਵੱਧ ਚੜ ਕੇ ਕਰਾਂਗੇ, ਔਰ ਮੈਂ ਸਮਝਦਾ ਕਿ ਇਹਨਾਂ ਕਰਨ ਵਾਸਤੇ, ਇਹ ਗੱਲਾਂ ਕਰਨ ਵਾਸਤੇ ਵੀ ਸੰਗਤ ਨੂੰ ਵੀ ਇਹ ਸਮਝਣਾ ਪਏਗਾ ਕਿ ਜੇ ਗੱਲਬਾਤ ਤੇ ਡਾਇਲੋਗ ਕਰਨਾ ਹੈ ਤੇ ਸਰਕਾਰ ਦੇ ਨਾਲ ਰਾਫਤੇ ਰੱਖਣੇ ਪੈਣਗੇ। ਜੇ ਸਰਕਾਰ ਵਿੱਚ ਜਾਵਾਂਗੇ ਤਾਂ ਗੱਲ ਸਾਡੇ ਲੋਕਾਂ ਨੂੰ ਫਿਰ ਇਹ ਨਾ ਕਿਹਾ ਜਾਏ ਕਿ ਜੀ ਇਹ ਸਰਕਾਰ ਦੇ ਦਲਾਲ ਬਣੇ ਫਿਰਦੇ ਨੇ। ਇਸ ਕਰਕੇ ਕੌਮ ਦੇ ਹੱਕਾਂ ਲਈ ਲੜਾਈ ਲੜਨੀ ਹੈ, ਕੌਮ ਦੇ ਹੱਕ ਮੰਗਣੇ ਨੇ ਤੇ ਸਰਕਾਰਾਂ ਨੂੰ ਟੇਬਲ ਟਾਕ ਕਰਨੀ ਪਏਗੀ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਉੱਤੇ, ਸੰਵਾਦ ਦੇ ਡਾਇਲੋਗ ਦੇ ਉੱਤੇ ਸਾਨੂੰ ਚੱਲਣਾ ਪਏਗਾ ਜੀ। ਬਹੁਤ ਬਹੁਤ ਮਿਹਰਬਾਨੀ ਹੈ ਜੀ ਪ੍ਰਧਾਨ ਜੀ, ਸੋਹਣੇ ਸੁਚੱਜੇ ਢੰਗ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਨੇ। ਜਲਦੀ ਕਿਸੇ ਹੋਰ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।